ਸਾਡੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਪਤੰਦਰ ਅੱਤ ਹੀ ਕਰਾ ਦਿੰਦੇ ਨੇ। ਦੁਨੀਆਂ ਦਾ ਕੋਈ ਵੀ ਕੋਨਾ ਨਹੀਂ ਹੋਵੇਗਾ ਜਿੱਥੇ ਪੰਜਾਬੀ ਨਹੀਂ ਗਏ, ਤੇ ਪੰਜਾਬੀਆਂ ਨੇ ਉੱਥੇ ਜਾ ਕੇ ਵੱਖਰਾ ਹੀ ਪੰਜਾਬ ਬਣਾ ਦਿੱਤਾ। ਹਾਲ ਹੀ ਵਿੱਚ ਆਪਾਂ ਤੁਹਾਡੇ ਨਾਲ ਇੰਗਲੈਂਡ ਦੀ ਇੱਕ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਗਲੈਂਡ ਸਾਡੇ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ, ਪੰਜਾਬੀ ਬਹੁਤ ਹੀ ਜ਼ਿਆਦਾ ਉੱਧਰ ਮਿਹਨਤ ਕਰਦੇ ਨੇ ਤੇ ਪੈਸੇ ਕਮਾਉਂਦੇ ਨੇ। ਹਾਲ ਹੀ ਵਿੱਚ ਜਿਹੜੀ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ, ਉਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਪੰਜਾਬੀ ਇੱਕ ਪੂਰੇ ਭੰਗੜੇ ਦੇ ਸਟੈਪ ਮਾਰਦਾ ਪਿਆ, ਬਹੁਤ ਹੀ ਸੋਹਣਾ ਨੱਚਦਾ ਪਿਆ। ਯਾਰੋ, ਜਦੋਂ ਪੰਜਾਬ ਦਾ ਮਿਊਜ਼ਿਕ ਲੱਗਾ ਹੋਵੇ ਤਾਂ ਹਰ ਇੱਕ ਦਾ ਦਿਲ ਕਰਦਾ ਏ ਨੱਚਣ ਨੂੰ। ਉਹ ਭਾਵੇਂ ਜਿਹੜੀ ਕੰਟਰੀ ਦਾ ਮਰਜ਼ੀ ਹੋਵੇ ਉਹਨੂੰ ਇੰਨਾ ਤਾਲ ਚੜਦਾ ਏ ਕਿ ਉਹ ਕਹਿੰਦਾ ਏ ਕਿ ਮੈਂ ਹੁਣ ਬਸ ਨੱਚਣ ਲੱਗ ਪਾਂ। ਸੋ ਇਸ ਪੰਜਾਬੀ ਨੂੰ ਦੇਖ ਕੇ ਦੇਖੋ, ਉੱਥੇ ਦੋ ਕਾਲੇ ਵੀਰ ਵੀ ਨੱਚਣ ਲੱਗ ਪਏ। ਸੋ ਇਹ ਪਿਆਰੀ ਜੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ। ਸੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ, ਤੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨਾਲ ਲੱਗੇ ਬੈਲ ਵਾਲੇ ਆਈਕਨ ਤੇ ਵੀ ਜ਼ਰੂਰ ਕਲਿੱਕ ਕਰਿਓ। ਸੋ ਇਸ ਦੇ ਨਾਲ ਹੀ ਤੁਹਾਡੇ ਤੋਂ ਚਾਹੁੰਦੇ ਹਾਂ ਇਜਾਜ਼ਤ, ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।